ਕਹਿੰਦੇ ਨੇ ਵੀ ਇੱਕ ਐਸਾ ਪ੍ਰਧਾਨ ਮੰਤਰੀ ਅਸੀਂ ਚੁਣਿਆ ਹੈ ਜਿਹੜਾ ਚਾਹ ਵੇਚਣਾ ਮੋਦੀ ਹੈ। ਜੇ ਇੱਕ ਚਵਲ ਜਿਹੇ ਬੰਦੇ ਨੇ ਸਾਰੇ ਦੇਸ਼ ਦੀ ਕਿਰਤਸਾਨੀ ਪਾਈ ਸੋਚੀ ਏ, ਮੇਰੇ ਦਿਲ ਨੂੰ ਖੁਸ਼ੀ ਹੈ ਹਰ ਵਰਗ ਰਲ ਕੇ ਚੱਲ ਰਿਹਾ। ਬਚ ਜਾ ਮੋਦੀ ਆ, ਬਚ ਜਾ, ਤੇਰੇ ਐਸਾ ਮੁਗਦਰ ਫਿਰਨਗੇ, ਤੂੰ ਨੱਚੇਗਾ ਘੁੰਗਰੂ ਬੰਨ ਕੇ ਪੱਟਾਂ ਨਾਲ, ਤੇਰਾ ਹਸ਼ਰ ਮਾੜਾ ਹੋਣਾ ਹੈ ਮੋਦੀ ਆ, ਤੂੰ ਪੰਗਾ ਲੈ ਲਿਆ ਜੱਟਾਂ ਨਾਲ, ਤੇਰਾ ਹਸ਼ਰ ਮਾੜਾ ਹੋਣਾ ਹੈ ਮੋਦੀ ਆ, ਤੂੰ ਪੰਗਾ ਲੈ ਲਿਆ ਜੱਟਾਂ ਨਾਲ, ਵੇਖੀ ਚੱਲ ਵੇਖੀ ਦਿੱਲੀਏ ਬਣਦਾ ਕੀ ਤੇਰਾ, ਤੇਰਾ ਪੇਚਾ ਪੈ ਗਿਆ ਜੱਟਾਂ ਨਾਲ। ਇਹ ਮੈਮ ਇਹ ਧੱਕੇ ਨਾਲ ਜੋ ਸਾਡੇ 'ਤੇ ਕਾਨੂੰਨ ਥੋਪੇ ਗਏ ਨੇ, ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ। ਇਹ ਤਾਂ ਚਾਹੀਦਾ ਮੋਦੀ ਸਾਹਿਬ ਨੂੰ ਵੀ ਜਿਵੇਂ ਹਰੇਕ, ਜਿਵੇਂ ਰਾਜਸਥਾਨ, ਮਹਾਰਾਸ਼ਟਰ, ਯੂਪੀ, ਪੰਜਾਬ, ਹਰਿਆਣੇ ਦੇ ਸਾਰੇ ਕਿਸਾਨ ਰਲ ਗਏ ਨੇ ਜੀ। ਹੁਣ ਤੁਹਾਨੂੰ ਪਤਾ ਵੀ ਫੌਜ ਨੇ ਵੀ ਸਮਰਥਨ ਦੇ ਦਿੱਤਾ ਜੀ ਇਸ ਧਰਨੇ ਨੂੰ। ਹੁਣ ਤਾਂ ਮੋਦੀ ਨੂੰ ਚਾਹੀਦਾ ਵੀ ਆਪਣਾ ਹੰਕਾਰ ਛੱਡ ਕੇ ਇਹ ਕਿਸਾਨਾਂ ਦਾ ਬਿੱਲ ਜੋ ਵੀ ਮਾਫ਼ ਕਰ ਦੇਣ, ਤਾਂ ਜੋ ਅੱਗੇ ਤੋਂ ਮੋਦੀ ਨੂੰ ਵੀ ਇਸ ਦੇਸ਼ 'ਚ ਰਹਿਣ ਦਾ ਵੀ ਕਿਸਾਨ ਰਹਿਣ ਦੇਣਗੇ, ਨਹੀਂ ਤਾਂ ਮੋਦੀ ਦਾ ਇਸ ਦੇਸ਼ 'ਚ ਰਹਿਣਾ ਮੁਸ਼ਕਲ ਕਰ ਦੇਣਗੇ। ਕਿਸਾਨ ਉਹਨੇ ਗਲਤ ਪੰਗਾ ਲੈ ਲਿਆ ਇਸ ਵਾਰ, ਕਿਉਂਕਿ ਇਹ ਜੋ ਸਾਡੀ ਕੌਮ ਹੈ ਜੀ, ਸਿੱਖ ਕੌਮ ਆ, ਇੱਕ ਯੋਧਿਆਂ ਦੀ ਕੌਮ ਹੈ ਜੀ। ਅਸੀਂ ਆਪਣੀ ਮਿਹਨਤ ਨਾਲ ਕਮਾਈ ਕਰਕੇ, ਕੋਈ ਵੀ ਕਿਸਾਨ ਜੀ, ਹਰੇਕ ਵਰਗ ਦਾ ਕਿਸਾਨ, ਕਿਸਾਨ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਜੀ, ਕਿਸਾਨ ਕਿਸਾਨ ਹੀ ਹੈ। ਉਸਨੇ, ਕਿਸਾਨ ਨੇ ਜਿੰਨੀ ਵੀ ਮਿਹਨਤ ਕਰਕੇ ਸਾਰੇ ਦੇਸ਼ ਦਾ ਕੀ ਆਲ ਵਰਲਡ ਦਾ ਢਿੱਡ ਭਰਦਾ ਜੀ, ਉਹਦੇ ਨਾਲ ਮੋਦੀ ਐਵੇਂ ਕਰ ਰਿਹਾ। ਉਹਨੂੰ ਚਾਹੀਦਾ, ਅਸੀਂ ਤਾਂ ਹੱਥ ਜੋੜ ਕੇ ਮੋਦੀ ਸਾਹਿਬ ਅੱਗੇ ਬੇਨਤੀ ਕਰ ਰਹੇ ਹਾਂ ਜੀ, ਵੀ ਉਹਨਾਂ ਨੂੰ ਇਹ ਕਾਨੂੰਨ ਮਾਫ਼ ਕਰ ਦੇਣੇ ਚਾਹੀਦੇ ਨੇ, ਤਾਂ ਜੋ ਸਾਡੇ ਜੋ ਦਿੱਲੀ ਬਜ਼ੁਰਗ ਵੀਰ ਭੈਣਾਂ ਮਾਤਾਵਾਂ ਬੈਠੀਆਂ ਨੇ, ਹੁਣ ਤੁਹਾਨੂੰ ਤੁਸੀਂ ਸੁਣਿਆ ਹੀ ਹੋਣਾ ਜੀ ਕਿੰਨੇ ਰੋਡ ਐਕਸੀਡੈਂਟਾਂ ਦੇ ਵਿੱਚ ਯੋਧੇ ਮਰ ਰਹੇ ਨੇ ਜੀ, ਕਿੰਨੇ। ਕੱਲ੍ਹ ਵੀ ਇੱਕ ਨੌਜਵਾਨ ਸ਼ਹੀਦ ਹੋਏ, 40 ਦਿਨ ਹੋਏ ਸਨ ਸਿਰਫ ਵਿਆਹ ਨੂੰ ਜੀ, ਉਹ ਮੁੰਡਾ ਮਰ ਗਿਆ, ਉਹਦਾ ਤਾਂ ਪਰਿਵਾਰ ਉੱਜੜ ਗਿਆ ਜੀ। ਇਸ ਕਰਕੇ ਹੱਥ ਜੋੜ ਕੇ ਬੇਨਤੀ ਮੋਦੀ ਸਾਹਿਬ ਨੂੰ ਵੀ ਇਹ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਰੱਦ ਕੀਤਾ ਜਾਵੇ, ਤਾਂ ਜੋ ਸਾਡੇ ਜੋ ਬਜ਼ੁਰਗ ਠੰਡ 'ਚ ਮਾਤਾਵਾਂ ਭੈਣਾਂ ਬੈਠੀਆਂ ਨੇ, ਉਹ ਘਰ ਆਪਣੇ ਵਾਪਸ ਆ ਸਕਣ। ਲੰਗਰ ਤੋਂ ਬਾਅਦ ਅਸੀਂ ਦਿੱਲੀ ਨੂੰ ਕੂਚ ਕਰਨ ਦੀ ਸੋਚ ਰਹੇ ਹਾਂ, 2-3 ਬੱਸਾਂ ਦੀ ਤਿਆਰੀ ਵੀ ਭਰ ਕੇ ਅਸੀਂ ਦਿੱਲੀ ਜਾਣਾ ਚਾਹਾਂਗੇ।